कच्चे मकान झूठे ने मैं फार्म कई बार भरते कोई नहीं सुन सुनाई करता हड्डी महंगाई देखो कितनी होई होई है। असि कहने भी राशन की महंगाई घटा देना रोजगार दे देना पिंडा दे वेच रोजगार दे नरेगा का काम ही बीबिया दे देन बंदिया दे देन कोई सड़कां ते बैठा भुखा मार रहा कोई अंदरां दे विच भुखा मार रहा बैठा किलो किलो आटा मंगा के बंदा टाइम पास कर रहा वा। जिन्नी सरकार हाँ गाहां लई कुछ नौकरियां दे बेरोजगार जिहड़ी दुनिया फिरदी उहनां नूं रोजगार दे हाँ उहनां नूं वोटां पाउण दा साडा दावा वी असीं पावांगे। वोटां आ गए तां हुंदा हुण इह ਵੀ ਅਸੀਂ ਆਹ ਕੁਛ ਕਰਾਂਗੇ ਜੀ ਅਸੀਂ ਆਹ ਮਦਦ ਕਰਾਂ ਗਰੀਬ ਕੋ ਤੇ ਪੈਦੇ ਸਾਡੇ ਮੁੰਡੇ ਤਾਂ ਲਾ ਲਾ 8-8 9-9 ਹਜ਼ਾਰ ਦੇ ਨੌਕਰੀ ਦੇ ਲੱਗੇ ਹੋਏ ਨੇ ਜੇਕਰ ਉਹ ਲਾ ਲਾ ਸਰਕਾਰੀ ਜੌਬ ਇੱਕ ਘਰ ਦੇ ਵਿੱਚ ਇੱਕ ਜਣੇ ਨੂੰ ਮਿਲ ਜਾਂਦਾ ਸਾਨੂੰ ਆਟਾ ਦਾਲ ਬਣਾ ਦੇਣ ਜਿਹਦੇ ਘਰੇ 50,000 ਗਰੂਗਾ ਉਹਨੂੰ ਆਟੇ ਦਾਲ ਦੀ ਵੀ ਕੀ ਲੋੜ ਪਈ ਆ। ਠੀਕ ਆ ਜੀ ਇਹ ਵਾਅਦੇ ਕਰ ਲੈਂਦੇ ਨੇ ਪਰ ਵਾਅਦਿਆਂ ਦੇ ਪੂਰੇ ਨਹੀਂ ਉਤਰਦੇ ਹੈਗੇ ਅਸੀਂ ਹੁਣ ਦੇ ਨਹੀਂ ਦੇਖਦੇ ਤੇ ਪਹਿਲਾਂ ਤੋਂ ਆਹੀ ਕੋਈ ਚੱਲਦਾ ਹੁੰਦਾ। ਮੇਰੇ 2 ਸਾਲ ਹੋ ਗਿਆ ਰਾਸ਼ਨ ਕਾਰਡ ਕੱਟੇ ਨੂੰ ਮੇਰੇ 4 ਕੁੜੀਆਂ ਨੇ ਇੱਕ ਬੇਟਾ ਛੋਟਾ ਰਿਹਾ ਆਦਮੀ ਮੇਰਾ ਬਿਮਾਰ ਰਹਿੰਦਾ ਵਾ 10 ਵਾਰੀ ਮੈਂ ਫਾਰਮ ਦੇ ਚੁੱਕਿਆ 5 ਸਰਪੰਚਾਂ ਨੂੰ ਵੀਡੀਓ ਦਫ਼ਤਰ ਨੂੰ। ਨਹੀਂ ਫਿਰ ਜਿਹੜੇ ਸਰਕਾਰ ਅੱਜ ਕੈਂਪ ਲਾਇਆ ਤਾਂ ਕੀ ਲੱਗਦਾ ਤੁਹਾਨੂੰ ਕੀ ਹੈਗਾ ਇਹ ਝੂਠਾ ਜਿਹਾ ਵੋਟਾਂ ਲੈਣ ਵਾਸਤੇ ਫਿਰਦੇ ਨੇ ਜਿਹੜੀ 2022 ਦੀ ਚੋਣਾਂ 'ਚ 2022 ਦੀਆਂ ਚੋਣਾਂ 'ਚ ਵੋਟਾਂ ਲੈਣ ਫਿਰਦੇ ਨੇ ਕਾਂਗਰਸ ਦੀ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਮੋਬਾਈਲਾਂ ਦੇ ਲੋਕਾਂ ਨੂੰ ਘਰ ਘਰ ਨੌਕਰੀ ਦੇਣ ਦੇ ਫਾਰਮ ਭਰਵਾਏ ਸੀ ਉਸ ਤੋਂ ਬਾਅਦ ਅੱਜ 4.5 ਸਾਲ ਬੀਤ ਚੁੱਕੇ ਹਨ ਤੇ ਚੰਨੀ ਦੀ ਸਰਕਾਰ ਬਣ ਚੁੱਕੀ ਹੈ ਚੰਨੀ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਫਿਰ ਫਾਰਮ ਭਰੇ ਜਾ ਰਹੇ ਨੇ ਜਿਸ ਦੇ ਵਿੱਚ ਲੋਕਾਂ ਦੇ ਬਿਜਲੀ ਬਿੱਲ ਮਾਫ ਕਰਨ ਦੀ ਗੱਲ ਕਹੀ ਜਾ ਰਹੀ ਆ ਉੱਥੇ ਹੀ ਇਹਨਾਂ ਨੂੰ ਜ਼ਮੀਨਾਂ ਤੇ ਘਰ ਦੇਣ ਦੀ ਪਲਾਟ ਦੇਣ ਦੀ ਗੱਲ ਹੈਗੀ ਜਾਂਦੀ ਆ ਅਸੀਂ ਖੜੇ ਹਾਂ ਸਮਰਾਲਾ ਦੇ ਵਿੱਚ ਇੱਥੇ ਵੀ ਇੱਕ ਵੱਡਾ ਕੈਂਪ ਲੱਗਿਆ ਇੱਥੇ ਜਿਹੜੇ ਲੋਕ ਖੜੇ ਨੇ ਇਹਨਾਂ ਤੋਂ ਪੁੱਛਦੇ ਆਂ ਵੀ ਇਹਨਾਂ ਨੂੰ ਕਿੰਨੀਆਂ ਕੁ ਪਹਿਲਾਂ ਸਹੂਲਤਾਂ ਮਿਲੀਆਂ ਤੇ ਹੁਣ ਕਿੰਨੀਆਂ ਕੁ ਮਿਲਣ ਦੀ ਆਸ ਹੈ ਇੱਥੇ ਇੱਕ ਕਰਦੇ ਆਂ ਜੀ ਇੱਕ ਮਿੰਟ ਇੱਥੇ ਮਾਤਾ ਜੀ ਤੁਹਾਡਾ ਕੀ ਨਾਮ ਆ ਜੀ ਤੁਸੀਂ ਇੱਥੇ ਆਏ ਸੀ ਕੀ ਕਰਨ ਆਏ ਸੀ ਭਾਜੀ ਕਰ ਜੀ ਸੌਂ ਪਿੱਛੇ ਆਈ ਆ ਸੱਤ ਦੀ ਬਦਲੀ ਮੇਰੀ ਨਾ ਮੈਨੂੰ ਸੱਤਵੀਂ ਬਦਲੀ ਕੱਚੀ ਖੂਹੀ ਆ ਬਾ ਬੈਠੇ ਔਖੇ ਬਹੁਤ ਆ ਤੇ ਬਿਜਲੀ ਦਾ ਬਿੱਲ ਬੁੱਲ ਜਿਹੜਾ ਬਿੱਲ ਮਾਫ ਆ ਜੀ ਸਾਡਾ ਤੇ ਬਾਕੀ ਜਿਹੜੀ ਹੁਣ ਇਹਨਾਂ ਨੇ ਕਿਹਾ ਵੀ ਘਰ ਕੱਚੇ ਪੱਕੇ ਬਣਾ ਕੇ ਦਵਾਂਗੇ ਤੇ ਉਹ ਦਵਾਂਗੇ ਪਲਾਟ ਤੁਹਾਨੂੰ ਕੋਈ ਮਿਲਿਆ ਕੁਛ ਹੁਣ ਤੱਕ ਹਾਂਜੀ ਕੁਛ ਨਹੀਂ ਮਿਲਿਆ ਹਾਂਜੀ ਮੇਰਾ ਕੁਛ ਨਹੀਂ ਬਣਿਆ ਹੈਗਾ ਜੀ ਸਭ ਜਾ ਕੇ ਦੇਖੋ ਮੈਂ ਘਰ ਜੰਮੇ ਡਿੱਗਦਾ ਵਾ ਮੇਰਾ ਪੁੱਤ ਨਹੀਂ ਧੀ ਨਹੀਂ ਮੇਰਾ ਆਦਮੀ ਨਹੀਂ ਹੈਗਾ ਫਿਰ ਜਿਹੜੇ ਇਹ ਕੈਂਪ ਲਾਉਂਦੇ ਨੇ ਕੀ ਲੱਗਦਾ ਵੀ ਇਹ ਕੀ ਹੈਗਾ ਆਂਗਣਵਾੜੀ ਚ ਮੇਰਾ ਕੁਛ ਨੀ ਬਣਿਆ ਨਹੀਂ ਫਾਰਮ ਕਿੰਨੀ ਵਾਰ ਭਰ ਚੁੱਕੇ ਹੁਣ ਤੱਕ ਚਾਰ ਗਲੀ ਫਾਰਮ ਭਰਤੇ ਫਿਰ ਜਿਹੜਾ ਅੱਜ ਕੈਂਪ ਲੱਗਿਆ ਕੀ ਲੱਗਦਾ ਇਹਦਾ ਫਾਇਦਾ ਮਿਲੂ ਤੁਹਾਨੂੰ ਇਹਦਾ ਮੈਂ ਹੋ ਸਾਨੂੰ ਕੀ ਫਾਇਦਾ ਕੀ ਫਾਇਦਾ ਮਿਲੂਗਾ ਜੀ ਅਸੀਂ ਫਾਰਮ ਦਾ ਅਸੀਂ ਭਾਤਲਾ ਦਈਏ ਸਾਨੂੰ ਕੀ ਪਤਾ ਵੀ ਕੀ ਦੇਣਗੇ ਮਾਂ ਠੀਕ ਉੱਥੇ ਹੀ ਸਾਡੇ ਨਾਲ ਹੋਰ ਵੀ ਹੈਗੇ ਨੇ ਕੀ ਲੱਗਦਾ ਜੀ ਜਿਹੜੀ ਇਹ ਸਰਕਾਰ ਅੱਜ ਫਾਰਮ ਭਰ ਰਹੀ ਆ ਬਿਜਲੀ ਫ੍ਰੀ ਕਰਨ ਦੇ ਵਿੱਚ ਪਲਾਟ ਦੇਣ ਦੇ ਕੈਂਪ ਲੱਗੇ ਹੋਏ ਨੇ ਕੀ ਇਹਨਾਂ ਦਾ ਕੈਂਪਾਂ ਦਾ ਕੋਈ ਫਾਇਦਾ ਹੋਇਆ ਤੁਹਾਨੂੰ ਹੁਣ ਤੱਕ ਜਾਂ ਫਿਰ ਕੈਪਟਨ ਨੇ ਵੀ ਪਹਿਲਾਂ ਫਾਰਮ ਭਰੇ ਸੀ ਕੋਈ ਫਾਇਦਾ ਨਹੀਂ ਹੈਗਾ ਸਾਡਾ ਕੋਈ ਕਾਰਡ ਨਹੀਂ ਬਣਿਆ 8 ਸਾਲ ਹੋ ਗਏ ਸਾਨੂੰ ਫਿਰਦੇ ਨੂੰ ਅੱਛਾ ਜੀ ਕੋਈ ਕਾਰਡ ਨਹੀਂ ਮਿਲਦਾ ਕੈਂਪ ਲਾਉਂਦੇ ਆਪਦੇ ਕਾਗਜ਼ ਫਾਰਮ ਖੋਲ ਲੈ ਜਾਂਦੇ ਜਾ ਕੇ ਪਾੜ ਦਿੰਦੇ ਨਹੀਂ ਫਿਰ ਜਿਹੜਾ ਸਰਕਾਰ ਅੱਜ ਕੈਂਪ ਲਾਇਆ ਤਾਂ ਕੀ ਲੱਗਦਾ ਤੁਹਾਨੂੰ ਕੀ ਹੈਗਾ ਇਹ ਝੂਠਾ ਜਿਹਾ ਵੋਟਾਂ ਲੈਣ ਵਾਸਤੇ ਫਿਰਦੇ ਨੇ ਜਿਹੜੀ 2022 ਦੀ ਚੋਣਾਂ 'ਚ 2022 ਦੀਆਂ ਚੋਣਾਂ 'ਚ ਵੋਟਾਂ ਲੈਣ ਫਿਰਦੇ ਨੇ ਇਹ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਲੜਨ ਤੋਂ ਪਹਿਲਾਂ ਫਾਰਮ ਭਰੇ ਸੀ ਮੋਬਾਈਲ ਦੇਣ ਦੇ ਨੌਕਰੀ ਘਰ ਘਰ ਨੌਕਰੀ ਤੁਕਰੀ ਮਿਲੀਆਂ ਤੁਹਾਨੂੰ ਕਿ ਨਹੀਂ ਕਿਸੇ ਨੂੰ ਕਿਸੇ ਨੂੰ ਮਿਲਿਆ ਹਾਂਜੀ ਨਾ ਮੋਬਾਈਲ ਮਿਲਿਆ ਨਾ ਕੋਈ ਨੌਕਰੀ ਮਿਲੀ ਆ ਨਾ ਕੋਈ ਫਾਰਮ ਬੜੇ ਮਿਲਿਆ ਕੋਈ ਨਹੀਂ ਫਿਰ ਹੁਣ ਜਿਹੜੇ ਫਾਰਮ ਲੱਗਦਾ ਕੀ ਚੰਨੀ ਸਰਕਾਰ ਜਿਹੜੀ ਆ ਦਊਗੀ ਤੁਹਾਨੂੰ ਆ ਜਿਹੜਾ ਲੱਗਦਾ ਤੁਹਾਨੂੰ ਇਹ ਤਾਂ ਫਾਰਮੈਟੀ ਝੂਠੇ ਕੰਮ ਕਰ ਰਹੀ ਹੈ ਸਰਕਾਰ ਕੀ ਲੱਗਦਾ ਵੀ ਇਲੈਕਸ਼ਨ ਨੇੜੇ ਹੋਣ ਦੇ ਕਾਰਨ ਇਹ ਸਾਰਾ ਕੁਝ ਨੇੜੇ ਕਰਕੇ ਵੋਟਾਂ ਨੂੰ ਫਿਰਦੇ ਨੇ ਆਪਦੇ 2022 ਦੇ ਚੋਣਾਂ ਅੱਛਾ ਕੋਈ ਇਹਨਾਂ ਦਾ ਫਾਇਦਾ ਨਹੀਂ ਹੈ ਗਰੀਬ ਜਨਤਾ ਨੂੰ ਠੀਕ ਹੈ ਉੱਥੇ ਹੀ ਹੋਰ ਵੀ ਸਾਡੇ ਨਾਲ ਇੱਥੇ ਜਿਹੜੇ ਹੈਗੇ ਨੇ ਖੜੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬੀਬੀ ਕੀ ਨਾਮ ਆ ਤੇਰਾ ਮੇਰਾ ਨਾਮ ਮਹਿੰਦਰ ਕੌਰ ਆ ਬੀਬੀ ਆ ਜਿਹੜੇ ਅੱਜ ਤੁਸੀਂ ਇੱਥੇ ਫਾਰਮ ਭਰਨਾ ਹੈ ਕੋਈ ਫਾਇਦਾ ਫੂਦਾ ਨਹੀਂ ਸਾਡਾ ਫਾਰਮ ਕੋਈ ਨਹੀਂ ਭਰਿਆ ਸਾਨੂੰ ਇਹ ਜਵਾਬ ਦਿੱਤਾ ਪਿੰਡ ਵਾਲਿਆਂ ਦੇ ਭਰਨੇ ਨੇ ਸ਼ਹਿਰ ਵਾਲਿਆਂ ਵਾਸਤੇ ਕੁਝ ਨਹੀਂ ਹੈ ਅੱਛਾ ਹੋਰ ਵੀ ਹੈਗੇ ਨੇ ਇੱਥੇ ਮਾਤਾ ਮਾਤਾ ਕੀ ਲੱਗਦਾ ਤੁਹਾਨੂੰ ਜਿਹੜੇ ਲੱਗਦਾ ਫਾਰਮ ਭਰਦੇ ਨੇ ਕੀ ਝੂਠੇ ਨੇ ਜੀ ਇਹ ਕੱਚੇ ਮਕਾਨ ਝੂਠੇ ਨੇ ਮੈਂ ਫਾਰਮ ਕਈ ਵਾਰ ਭਰਤੇ ਕੋਈ ਨਹੀਂ ਸੁਣਦਾ ਸੁਣਾਈ ਕਰਦਾ ਸਾਡੀ ਅੱਛਾ ਹਾਂ
एक मुंडा मेरा हाथ मुंडा हाथ बढ़े घर मर गया थी आप मुंडे का हाथ बढ़े का घर वाला एक्सीडेंट हो गया सीगा कुछ नहीं करते है मारे ਮੁੰਡਾ ਮੇਰਾ ਹੱਥ ਵੱਢਿਆ ਹੋਇਆ ਮੁੰਡਾ ਕੋਈ ਫਾਇਦਾ ਮਿਲਿਆ ਤੁਹਾਨੂੰ ਸਰਕਾਰ ਤੋਂ ਚੱਲਾ ਕੇ ਗੁਜ਼ਾਰਾ ਕਰਦੀ ਆ ਮੈਂ ਆਪਣਾ ਨਹੀਂ ਕੋਈ ਸਰਕਾਰ ਨੇ ਫਾਇਦਾ ਦਿੱਤਾ ਕੋਈ ਫਾਇਦਾ ਨਹੀਂ ਕਰਿਆ ਜੀ ਮੇਰਾ ਤਾਂ ਕੋਈ ਫਾਇਦਾ ਨਹੀਂ ਕਰਿਆ ਸਾਡਾ ਹੋਰ ਵੀ ਇੱਥੇ ਹੋਰ ਵੀ ਸਾਡੇ ਇੱਥੇ ਮਾਤਾ ਮਨਾਲ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਹਾਂਜੀ ਕੀ ਆ ਜੀ ਬਾਕੀ ਤੁਹਾਨੂੰ ਕੋਈ ਤੁਹਾਡਾ ਮੀਟਰ ਫ੍ਰੀ ਜਾਂ ਹੋਰ ਹੋਇਆ ਕੁਝ ਹੁਣ ਮੀਟਰ ਜੀ ਦੇਖੋ ਪਹਿਲਾਂ ਸੀਗਾ ਹੁਣ 700 ਰੁਪਏ ਮੈਂ ਤੁਹਾਨੂੰ ਦੱਸ ਕੇ ਵੀ ਹਟੀ ਵੀ ਪਹਿਲਾਂ ਆਇਆ ਵਾ ਜ਼ਰੂਰ ਉਹਦਾ ਹੁਣ ਇਹ ਨਹੀਂ ਪਤਾ ਵੀ ਇਹ ਬਿੱਲ ਲਾਗੂ ਹੋਏ ਨੇ ਜਾਂ ਨਹੀਂ ਹੋਏ ਗਏ ਵੀ ਇਹ 700 ਰੁਪਏ ਅੱਗੇ ਵੀ ਆ ਬਿੱਲ ਆਊਗਾ ਜਾਂ ਨਹੀਂ ਆਊਗਾ ਜਿਹਨੇ ਬੰਦੇ ਨੇ ਉਹੀ ਕਰਕੇ ਖਾਣਾ ਗਾ ਉਹ ਬਿੱਲ ਭਰਾਊਗਾ ਕਿ ਆਪਣਾ ਉਹ ਕਰੋ ਅੱਜ ਕੱਲ੍ਹ ਮਹਿੰਗਾਈ ਦੇਖੋ ਕਿੰਨੀ ਹੋਈ ਹੋਈ ਆ ਹੋਈ ਆ ਕਿ ਨਹੀਂ ਦੇਖੋ ਪਹਿਲਾਂ ਲੋਕਡਾਊਨ ਕੀਤਾ ਇਹ ਜਿਹੜਾ ਕੈਂਪ ਲਾਉਣ ਦਾ ਕੋਈ ਫਾਇਦਾ ਲੱਗਦਾ ਤੁਹਾਨੂੰ ਦੇਖੋ ਜੀ ਫਾਇਦਾ ਫੂਦਾ ਤਾਂ ਹੁਣ ਇਹ ਜਿਨ੍ਹਾਂ ਨੂੰ ਲੱਗਦਾ ਹੋਊਗਾ ਲੱਗਦਾ ਵੀ ਸਾਡੇ ਲਈ ਕੋਈ ਬੈਨੀਫਿਟ ਨਹੀਂ ਹੈਗਾ ਅੱਛਾ ਜੀ ਠੀਕ ਹੈ ਜੀ ਸਾਡੇ ਲਈ ਕੋਈ ਬੈਨੀਫਿਟ ਨਹੀਂ ਹੈਗਾ ਪੰਜ ਮਰਲੇ ਪਲਾਟ ਨੇ ਜੀ ਆ ਅਸੀਂ ਕਹਿੰਦੇ ਵੀ ਰਾਸ਼ਨ ਦੀ ਮਹਿੰਗਾਈ ਘਟਾ ਦੇਣਾ ਰੋਜ਼ਗਾਰ ਦੇ ਦੇਣਾ ਪਿੰਡਾਂ ਦੇ ਵਿੱਚ ਰੋਜ਼ਗਾਰ ਤੇ ਨਰੇਗਾ ਦਾ ਕੰਮ ਹੀ ਬੀਬੀਆਂ ਨੂੰ ਦੇ ਦੇਣ ਬੰਦਿਆਂ ਨੂੰ ਦੇ ਦੇਣ ਦੁਨੀਆ ਨਹੀਂ ਕੀ ਲੱਗਦਾ ਪਹਿਲਾਂ ਸਰਕਾਰ ਕੈਪਟਨ ਸਰਕਾਰ ਬਣਾਈ ਜਦ ਉਹਨਾਂ ਨੇ ਫਾਰਮ ਭਰੇ ਸੀ ਵੀ ਘਰ ਘਰ ਨੌਕਰੀ ਮੋਬਾਈਲ ਦਿੱਤੇ ਜਾਣਗੇ ਉਹ ਫਾਰਮਾਂ ਦਾ ਕੋਈ ਫਾਇਦਾ ਹੋਇਆ ਜਿਹੜੇ ਹੁਣ ਭਰ ਕੇ ਨਾ ਨੌਕਰੀਆਂ ਕਿਸੇ ਬੱਚੇ ਨੂੰ ਮਿਲੀਆਂ ਨੇ ਨਾ ਕਿਸੇ ਨੂੰ ਮੋਬਾਈਲ ਮਿਲੇ ਨੇ ਨਾ ਕਿਸੇ ਨੂੰ ਕੁਝ ਹੋਰ ਮਿਲਿਆ ਬੱਚੇ ਆਪਦੇ ਕਰਕੇ ਹੁਣ ਤੱਕ ਪਹਿਲਾਂ ਬੱਚੇ ਆਪਣੇ ਸਿਰ ਖੁਦ ਹੋ ਕੇ ਪਾਲੇ ਨੇ ਹੁਣ ਬੱਚੇ ਫੈਕਟਰੀਆਂ 'ਚ ਲੱਗੇ ਹੋਏ ਨੇ 10-10 ਪੜ੍ਹ ਕੇ ਨਹੀਂ ਹੁਣ ਜਿਹੜੀ ਚੰਨੀ ਸਰਕਾਰ ਦੁਬਾਰਾ ਫਾਰਮ ਭਰਨ ਲੱਗੀ ਆ ਸਰਕਾਰ ਦੇ ਜਦ 3 ਮਹੀਨੇ ਰਹਿ ਗਏ ਨੇ ਉਸ ਤੋਂ ਬਾਅਦ ਫਾਰਮ ਭਰੇ ਜਾ ਰਹੇ ਨੇ ਵੀ ਪਲਾਟ ਦਵਾਂਗੇ ਬਿਜਲੀ ਫ੍ਰੀ ਕਰਾਂਗੇ ਇੱਕ ਦੇਖੋ ਮੈਂ ਤੁਹਾਨੂੰ ਇਹ ਗੱਲ ਕਹਿੰਨੀ ਆ ਚੰਨੀ ਸਰਕਾਰ ਦੀ ਸਰਕਾਰ ਤਾਂ ਹੋਣਾ ਹੀ ਆ ਨਾ ਚੰਨੀ ਸਰਕਾਰ ਹਾਂ ਗਾਹਾਂ ਲਈ ਕੁਝ ਨੌਕਰੀਆਂ ਦੇਵੇ ਬੇਰੋਜ਼ਗਾਰ ਜਿਹੜੀ ਦੁਨੀਆ ਫੇਰਦੀ ਆ ਉਹਨਾਂ ਨੂੰ ਰੋਜ਼ਗਾਰ ਦੇਵੇ ਹਾਂ ਉਹਨਾਂ ਨੂੰ ਵੋਟਾਂ ਪਾਉਣ ਦਾ ਸਾਡਾ ਦਾਵਾ ਵੈ ਅਸੀਂ ਪਾਵਾਂਗੇ ਜਿੱਥੇ ਮਰਜ਼ੀ ਸਾਤੋਂ ਸਾਈਨ ਕਰਾ ਕੇ ਵੋਟਾਂ ਪਾਉਣ ਲੈ ਪਰ ਦੁਨੀਆ ਨੂੰ ਰੋਜ਼ਗਾਰ ਦੇਣ ਮਹਿੰਗਾਈ ਘਟਾਉਣ ਠੀਕ ਆ ਕੋਈ ਸੜਕਾਂ ਤੇ ਬੈਠਾ ਭੁੱਖਾ ਮਰ ਰਿਹਾ ਕੋਈ ਅੰਦਰਾਂ ਦੇ ਵਿੱਚ ਭੁੱਖਾ ਮਰ ਰਿਹਾ ਬੈਠਾ ਕਿਲੋ ਕਿਲੋ ਆਟਾ ਮੰਗਾ ਕੇ ਬੰਦਾ ਟਾਈਮ ਪਾਸ ਕਰ ਰਿਹਾ ਵਾ ਅੱਛਾ ਠੀਕ ਆ ਜੀ ਇਹ ਮਹਿੰਗਾਈ ਨੂੰ ਥੋੜੀ ਜੀ ਥੰਮ ਪਾਉਣ ਠੀਕ ਆ ਜੀ ਰੋਜ਼ਗਾਰ ਦੇਣ ਲੋਕਾਂ ਨੂੰ ਠੀਕ ਆ ਜੀ ਹਾਂ ਠੀਕ ਆ ਜੀ ਆਪਣੀ ਇਹੀ ਮੰਗ ਆ ਹੋਰ ਕੋਈ ਮੰਗ ਹੋਰ ਵੀ ਹੈਗੇ ਨੇ ਇੱਥੇ ਸਾਡੇ ਨਾਲ ਤੁਸੀਂ ਅੱਜ ਉਰੇ ਜੀ ਕੀ ਕਰਨ ਆਏ ਸੀਗੇ ਜੀ ਉਰੇ ਮੈਂ ਜੀ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਸਕੱਤਰ ਹਾਂ ਮੈਂ ਤਾਂ ਜੋ ਇੱਥੇ ਕਹਿੰਦੇ ਨੇ ਵੀ ਗਰੀਬਾਂ ਨੂੰ ਇਹ ਚੀਜ਼ਾਂ ਦੇਣੀਆਂ ਨੇ ਪਹਿਲਾਂ ਤਾਂ ਮੇਰੇ ਪਿੰਡ ਤੋਂ ਵੀ ਲਾ ਲਓ ਮੇਰੇ ਪਿੰਡ ਲੌਸਮੈਂਟ ਹੋਈ ਜਿਹੜੇ ਪਲਾਟ ਵਗੈਰਾ ਮਿਲਣੇ ਨੇ ਉਹ ਮਿਲਣੇ ਨੇ ਐਸਸੀ ਨੂੰ ਅੱਛਾ ਜੀ ਠੀਕ ਆ ਜੀ ਜਾਂ ਜਿਹੜੇ ਗਰੀਬ ਨੇ ਉਹ ਸਾਡੇ ਕਹਿੰਦੀ ਲੌਸਮੈਂਟ ਨਹੀਂ ਕਰਵਾਈ ਗਈ ਉਹ ਇਹ ਲੌਸਮੈਂਟ ਕਰਵਾਈ ਗਈ ਜੇ ਲਾਭਪਾਤਰੀ ਕਾਪੀਆਂ ਨੇ ਵੀ ਉਹ ਉੱਥੇ ਆ ਜਾਣ ਅਤੇ ਨੰਬਰ 2 'ਤੇ ਵੀ ਜਿਹਦੇ ਨੀਲੇ ਕਾਰਡ 'ਚ ਨਾਂ ਨਹੀਂ ਹੈਗਾ ਜੇ ਨੀਲੇ ਕਾਰਡ ਬਣਾਉਣੇ ਨੇ ਵੀ ਉਹ ਆ ਜਾਣ ਉੱਥੇ ਉਹਨਾਂ ਨੂੰ ਇਹ ਨਹੀਂ ਕੋਈ ਦੱਸਿਆ ਗਿਆ ਵੀ ਕਿਹੜੇ ਡਾਕੂਮੈਂਟ 'ਚ ਤੁਸੀਂ ਲੈ ਕੇ ਉੱਥੇ ਜਾਣਾ ਠੀਕ ਆ ਜੀ ਨਹੀਂ ਹੁਣ ਕੀ ਲੱਗਦਾ ਜਿਹੜੇ ਫਾਰਮ ਭਰੇ ਜਾ ਰਹੇ ਨੇ ਪਹਿਲਾਂ ਵੀ ਕੈਪਟਨ ਨੇ ਤਾਂ ਭਰੇ ਸੀ ਸਰਕਾਰ ਬਣਾਉਣ ਤੋਂ ਉਹਨਾਂ ਨੂੰ ਹੋਇਆ ਫਾਇਦਾ ਕੋਈ ਚਲੋ ਤੁਸੀਂ ਕੈਪਟਨ ਦੀ ਉਹ ਗੱਲ ਕਰਦੇ ਹੋ ਜੀ ਮੈਂ ਨਹੀਂ ਕਹਿੰਦਾ ਕੈਪਟਨ ਸਾਹਿਬ ਨੇ ਕਿਹਾ ਵੀ ਘਰ ਘਰ ਨੌਕਰੀ ਰਹਿਣਗੇ ਸਾਡੇ ਮੁੰਡੇ ਤਾਂ ਲਾਲਾ 8-8 9-9 ਹਜ਼ਾਰ ਦੇ ਨੌਕਰੀਆਂ ਦੇ ਲੱਗੇ ਹੋਏ ਨੇ ਜੇਕਰ ਉਹ ਲਾਲਾ ਸਰਕਾਰੀ ਜੋਬ ਇੱਕ ਘਰ ਦੇ ਵਿੱਚ ਇੱਕ ਜਣੇ ਨੂੰ ਮਿਲ ਜਾਂਦਾ ਸਾਨੂੰ ਆਟਾ ਦਾਲ ਬਣਾ ਦੇਣ ਜਿਹਦੇ ਘਰੇ 50,000 ਗਿਰੂਗਾ ਉਹਨੂੰ ਆਟੇ ਦਾਲ ਦੀ ਵੀ ਕੀ ਲੋੜ ਪਈ ਆ ਠੀਕ ਆ ਜੀ ਇਹ ਵਾਅਦੇ ਕਰ ਲੈਂਦੇ ਨੇ ਪਰ ਵਾਅਦਿਆਂ ਦੇ ਪੂਰੇ ਨਹੀਂ ਉਤਰਦੇ ਹੈਗੇ ਅਸੀਂ ਹੁਣ ਤੇ ਨਹੀਂ ਦੇਖਦੇ ਇਹ ਪਹਿਲਾਂ ਤੋਂ ਆਹੀ ਕੋਈ ਚੱਲਦਾ ਹੁੰਦਾ ਠੀਕ ਆ ਜੀ ਹਾਂਜੀ ਕੀ ਤੁਸੀਂ ਅੱਜ ਉਰੇ ਕੀ ਕਰਨ ਆਏ ਸੀਗੇ ਜੀ ਮੈਂ ਜੀ ਕਣਕ ਦਾ ਕਾਰਡ ਦਾ ਪਤਾ ਕਰਨ ਆਈ ਸੀ ਕੱਚੇ ਮਕਾਨਾਂ ਦਾ ਤੇ ਉਹਨਾਂ ਨੇ ਕਹਿੰਦੇ ਵੀ ਅਸੀਂ ਫਾਰਮ ਭਰ ਲੈ ਦੇਖੀ ਜਾਂਦੀ ਆ ਮਗਰੋਂ ਕੀ ਗੱਲਬਾਤ ਬਣੂਗੀ ਅੱਛਾ ਮੇਰੇ 2 ਸਾਲ ਹੋ ਗਿਆ ਰਾਸ਼ਨ ਕਾਰਡ ਕੱਟੇ ਨੂੰ ਮੇਰੇ 4 ਕੁੜੀਆਂ ਨੇ ਇੱਕ ਬੇਟਾ ਛੋਟਾ ਰਿਹਾ ਆਦਮੀ ਮੇਰਾ ਬਿਮਾਰ ਰਹਿੰਦਾ ਵਾ ਮੈਨੂੰ ਕੋਈ ਵੀ ਕਿਸੇ ਨੇ ਵੀ ਕਣਕ ਨਹੀਂ ਲਵਾ ਕੇ ਦਿੱਤੀ ਦੁਬਾਰਾ 10 ਵਾਰੀ ਮੈਂ ਫਾਰਮ ਦੇ ਚੁੱਕਿਆ 5 ਸਰਪੰਚਾਂ ਨੂੰ ਵੀਡੀਓ ਦਫ਼ਤਰ ਨੂੰ ਤੁਸੀਂ ਮੰਨ ਲਓ ਵੀ ਮੈਨੂੰ ਕਣਕ ਦਵਾਈ ਹੋਈ ਨਹੀਂ ਨਹੀਂ ਫਿਰ ਜਿਹੜੇ ਕੈਂਪ ਲੱਗਦੇ ਨੇ ਇਹਨਾਂ ਦਾ ਕੋਈ ਫਾਇਦਾ ਹੁੰਦਾ ਨਹੀਂ ਜੀ ਸਾਨੂੰ ਕੋਈ ਜੇ ਜਿੱਦਣੇ ਸਾਨੂੰ ਫਾਇਦਾ ਹੋਊ ਅਸੀਂ ਆਪੇ ਕਹਿ ਦਾਂਗੇ ਸਾਨੂੰ ਫਾਇਦਾ ਹੋ ਗਿਆ ਠੀਕ ਹੈ ਅਸੀਂ ਇੱਥੇ ਗੱਲਬਾਤ ਕੀਤੀ ਸੀ ਜਿਹੜਾ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾਉਂਦੇ ਹਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇਹ ਤਸਵੀਰਾਂ ਨੇ ਕੈਂਪ ਦੀਆਂ ਨੇ ਸਮਰਾਲਾ ਦੇ ਵਿੱਚ ਕੈਂਪ ਲੱਗਿਆ ਹੋਇਆ ਜਿਹੜਾ ਲੋਕਾਂ ਨੂੰ ਫ੍ਰੀ ਸਹੂਲਤਾਂ ਦੇਣ ਦਾ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਲੋਕ ਟਰਾਲੀਆਂ ਟਰੈਕਟਰ ਭਰ ਭਰ ਕੇ ਇੱਥੇ ਆ ਰਹੇ ਨੇ ਟੈਂਪੂਆਂ ਦੇ ਵਿੱਚ ਵੱਖੋ ਵੱਖਰੇ ਪਿੰਡਾਂ ਤੋਂ ਪਰ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਵੀ ਸਰਕਾਰ ਸਿਰਫ ਜਿਹੜੇ ਵਾਅਦੇ ਕਰਦੀ ਆ ਕੰਮ ਨਹੀਂ ਪੂਰੇ ਕਰਦੀ ਅਸੀਂ ਪਹਿਲਾਂ ਵੀ ਫਾਰਮ ਭਰੇ ਨੇ ਸਾਨੂੰ ਕੁਝ ਨਹੀਂ ਮਿਲਿਆ ਅਸੀਂ ਹੁਣ ਭਰਨਾ ਆ ਪਤਾ ਨਹੀਂ ਚੰਨੀ ਪੂਰਾ ਕਰੂਗਾ ਕਿ ਨਹੀਂ ਕਰੂਗਾ ਹੁਣ ਦੇਖਣਾ ਹੋਵੇਗਾ ਸਮਾਂ ਸਰਕਾਰ ਦੱਸੇਗਾ ਕਿ ਸਿਰਫ ਇਲੈਕਸ਼ਨਾਂ ਦਾ ਟਾਈਮ ਦੇਖ ਕੇ ਹੀ ਇਹ ਕੁਝ ਡਰਾਮੇਬਾਜ਼ੀ ਹੁੰਦੀ ਹੈ ਜਾਂ ਫਿਰ ਅਸਲੀਅਤ ਵੀ ਹੁੰਦੀ ਆ ਕਿ ਗਰੀਬਾਂ ਨੂੰ ਪਲਾਟ ਮਿਲਦੇ ਨੇ ਜਾਂ ਇਹਨਾਂ ਦੇ ਜਿਹੜੇ ਬਿੱਲ ਭਰਨੇ ਨੇ ਕਈ ਲੋਕਾਂ ਨੇ ਤੇ ਵੀ ਕਿਹਾ ਜੇ ਬਿੱਲ ਭਰਨੇ ਸੀ ਉਹ ਤਾਂ ਸਰਕਾਰ ਨੂੰ ਪਤਾ ਹੀ ਸੀਗਾ ਵੀ ਬਿੱਲ ਭਰ ਦਿੰਦੇ ਉੱਥੇ ਆਪਣੇ ਆਪ ਵੀ ਭਰੇ ਜਾ ਸਕਦੇ ਸੀ ਵੀ ਜਿਨ੍ਹਾਂ ਦਾ ਵਾਧਾ ਹੋਇਆ ਤਾਂ ਉਹ ਸਰਕਾਰ ਕੋਲ ਸਾਰਾ ਰਿਕਾਰਡ ਪਿਆ ਸੀ ਸਮਰਾਲਾ ਤੋਂ ਵਿਪਨ ਭਾਰਦਵਾਜ ਕੈਮਰਾਮੈਨ ਪਰਮਿੰਦਰ ਵਰਮਾ ਦੇ ਨਾਲ
देश दुनिया की हर वड्डी खबर नाल जुड़े रहने लई साडे यूट्यूब चैनल नू सब्सक्राइब करो, नाल दी नाल हर नवी वीडियो दी नोटिफिकेशन लई बैल आइकन जरूर दबाओ। जेकर तुसी ये वीडियो फेसबुक ते देख रहे हो तो इसनू लाइक जरूर करो और ज्यादा तो ज्यादा शेयर भी करो। धन्यवाद।